ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹਿੱਸੇਦਾਰ ਤੈਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਅਤੇ ਹਰਿਆਣਾ ਵਿੱਚ ਤਿੰਨ ਦਿਨ ਬੰਦ ਰਹਿਣਗੇ ਸਕੂਲ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਲਈ ਖਾਸ ਖਬਰ ਹੈ ਪਰਸ਼ੂਰਾਮ ਜਯੰਤੀ 2024 ਦੇ ਵਿਸ਼ੇਸ਼ ਮੌਕੇ ਤੇ 10 ਮਈ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਸਕੂਲ ਬੰਦ ਰਹਿਣਗੇ ਸ਼ੁੱਕਰਵਾਰ ਹੋਣ ਦੇ ਕਾਰਨ ਇਹ ਛੁੱਟੀ ਹੋਰ ਵੀ ਖਾਸ ਬਣ ਜਾਵੇਗੀ ਸ਼ਨੀਵਾਰ ਨੂੰ ਵੀ ਜ਼ਿਆਦਾਤਰ ਸਕੂਲਾਂ ਵਿੱਚ ਛੁੱਟੀ ਰਹੇਗੀ ਐਸੇ ਹਿਸਾਬ ਦੇ ਨਾਲ ਸਕੂਲੇ ਬੱਚਿਆਂ ਦੇ ਲਈ ਇਹ ਲੰਬਾ ਵੀਕਐਂਡ ਹੋਵੇਗਾ ਪੂਰੇ ਪੰਜਾਬ ਭਰ ਦੇ ਵਿੱਚ 10 ਮਈ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੇ ਸੂਬੇ ਭਰ ਦੇ ਸਕੂਲਾਂ ਕਾਲਜਾਂ ਸਰਕਾਰੀ ਦਫ਼ਤਰਾਂ ਤੇ ਹੋਰ ਵਪਾਰਕ ਧਾਰਨਾਂ ਵਿੱਚ ਅੱਜ ਦਿਨ ਛੁੱਟੀ ਰਹੇਗੀ ਦਰਅਸਲ 10 ਮਹੀਨੋਂ ਭਗਵਾਨ ਪਰਸ਼ੂਰਾਮ ਦਾ ਜਨਮ ਦਿਨ ਹੈ ਇਸ ਕਾਰਨ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਪੰਜਾਬ ਚ ਅੱਤਵਾਦ ਦਰਨ ਲਾਪਤ ਹੋਏ 6739 ਬੰਨਾਂ ਦੇ ਮਾਮਲੇ ਦੀ ਜਾਂਚ ਤੋਂ ਸੀਬੀਆਈ ਨੇ ਕੀਤਾ ਇਨਕਾਰ ਪੰਜਾਬ ਦੇ ਵਿੱਚ ਅੱਤਵਾਦ ਦੇ ਦੌਰਾਨ ਗਾਇਬ ਹੋਏ ਪੰਜਾਬ ਦੇ 673 ਨੌਜਵਾਨਾਂ ਦੇ ਮਾਮਲੇ ਦੀ ਜਾਂਚ ਤੋਂ ਸੀਬੀਆਈ ਨੇ ਅਨਕਾਰ ਕਰ ਦਿੱਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਬੀਆਈ ਨੇ ਕਹਿ ਕੇ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੁਣ ਨਾ ਤਾਂ ਸਬੂਤ ਆ ਮਿਲਣਗੇ ਤੇ ਨਾ ਹੀ ਗਵਾਹ ਉਹਨਾਂ ਨੇ ਇਹ ਵੀ ਕਹਿ ਕੇ ਸੀਬੀਆਈ ਦੇ ਕੋਲ ਸਟਾਫ ਦੀ ਕਮੀ ਹੈ ਸੀਬੀਆਈ ਚੰਡੀਗੜ੍ਹ ਬ੍ਰਾਂਚ ਦੇ ਮੁਖੀ ਨੇ ਅੱਜ ਹਾਈ ਕੋਰਟ ਨੂੰ ਦੱਸਿਆ ਕਿ ਇਹ ਸਾਰਾ ਮਾਮਲਾ ਸ਼੍ਰੋਮਣੀ ਆਕਾਲੀ ਦਲ ਦੇ ਮਨੋਕੇ ਅਧਿਕਾਰ ਬੈਂਕ ਦੇ ਵੱਲੋਂ 16 ਜਨਵਰੀ 1995 ਨੂੰ ਜਾਰੀ ਪ੍ਰੈਸ ਸਟੇਟਮੈਂਟ ਦੇ ਨਾਲ ਸ਼ੁਰੂ ਹੋਇਆ ਸੀ ਜਿਸ ਵਿੱਚ ਦੱਸਿਆ ਗਿਆ ਕਿ ਪੰਜਾਬ ਪੁਲਿਸ ਨੇ 1984 ਤੋਂ 1995 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਈ ਲਾਸ਼ਾਂ ਨੂੰ ਅਣਪਛਾਤੇ 10 ਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਸਿਹ ਦੇ ਜਾਂਚ ਹੋਣੀ ਚਾਹੀਦੀ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਮਰਤ ਪਾਲ ਸਿੰਘ ਨੂੰ ਨਹੀਂ ਮਿਲੇਗੀ ਰਿਹਾਈ ਹਾਈ ਕੋਰਟ ਨੇ ਸੁਣਾਇਆ ਪਟੀਸ਼ਨ ਤੇ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਮਰਤਪਾਲ ਸਿੰਘ ਦੇ ਵੱਲੋਂ ਨਾਮਜ਼ਦਗੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਜੇਲ੍ਹ ਤੋਂ ਰਿਹਾਈ ਦੇ ਲਈ ਦਾਇਰਾ ਪਟੀਸ਼ਨ ਤੇ ਆਪਣਾ ਫੈਸਲਾ ਸੁਣਾਇਆ ਹੈ ਹਾਈ ਕੋਰਟ ਨੇ ਸੁਣਵਾਈ ਦੌਰਾਨ ਕਹਿ ਕੇ ਉਹਨਾਂ ਨੂੰ ਨਾਮਜ਼ਦਗੀ ਦਾਖਲ ਕਰਨ ਅਤੇ ਚੋਣ ਲੜਨ ਦੇ ਲਈ ਰਿਹਾ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਹ ਸਪਸ਼ਟ ਹੋ ਗਿਆ ਕਿ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰਹਿੰਦਾ ਹੀ ਚੋਣ ਲੜਨੀ ਪਵੇਗੀ ਨਾਮਜ਼ਦਗਾਹ ਸੰਬੰਧੀ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਸੂਚਨਾ ਦਿੱਤਾ ਕਿ ਉਹਨਾਂ ਦੀਆਂ ਨਾਮਜ਼ਦਗੀਆਂ ਲੈਣ ਦੇ ਲਈ ਪ੍ਰਬੰਧਾਂ ਕੀਤੇ ਜਾ ਰਹੇ ਹਨ ਸਰਕਾਰ ਨੇ ਕਿਹਾ ਕਿ ਅਮਰਤਾ ਪਾਲ ਸਿੰਘ ਦੇ ਨਾਮ ਜਰਗੀ ਦਾ ਕੰਮ ਸੋਮਵਾਰ ਨੂੰ ਪੂਰਾ ਹੋ ਜਾਵੇਗਾ ਗਨ ਕਲਚਰ ਨੂੰ ਹਲਾਰਾ ਦਿਨ ਵਾਲੇ ਕਿੰਨੇ ਗੀਤਾਂ ਤੇ ਲਗਾਈ ਰੋਕ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਹਥਿਆਰਾਂ ਤੇ ਹਿੰਸਾ ਦੇ ਵਧਾਈ ਕਰਨ ਵਾਲੇ ਗੀਤਾਂ ਦੇ ਵਿਰੋਧਾਕੀਤੀ ਕੀ ਕਾਰਵਾਈ ਦੇ ਬਿਰべ ਪੇਸ਼ ਕਰੇ ਇਸ ਦੇ ਨਾਲੇ ਡੀਜੀਪੀ ਤੋਂ ਜਾਲੀ ਹਸਲਾ ਲਾਇਸੈਂਸ ਆ ਬਣਾਉਣ ਵਾਲੇ ਗਰੂ ਨੂੰ ਬਿਨਤ ਪਾਉਣ ਦੇ ਲਈ ਚੁੱਕੇ ਗਏ ਕਦਮਾਂ ਦੇ ਬੇਰਬੇ ਵੀ ਮੰਗੇ ਗਿਆ ਹਨ ਪਟੀਸ਼ਨਰ ਦਾਇਰ ਕਰਦੇ ਹੋਏ فاضਲ ਕਾਦੇ ਰਹਿਣ ਵਾਲੇ ਗੁਰਬੇਜ ਸਿੰਘ ਨੇ ਆਪਣੇ ਖਿਲਾਫ ਕਤਲ ਦੀ ਸਾਜ਼ਿਸ਼ ਅਤੇ ਹੋਰ ਅਤ੍ਰੰਮ ਦੇ ਤਹਿਤ ਦਰਜ ਐਫਆਈਆਰ ਦੇ ਵਿੱਚ ਅਗਾਹੂ ਜ਼ਮਾਨਤ ਮੰਗੀ ਸੀ ਪਟੀਸ਼ਨਰ ਨੇ ਕਹਿ ਕੇ ਉਸਤੇ ਅਤੇ ਉਸਦੇ ਸਾਥੀਆਂ ਤੇ ਸ਼ਿਕਾਇਤ ਕਰਤਾ ਤੇ ਅੰਨੇ ਬਾ ਗੋਲੀਆਂ ਚਲਾਉਂਦਾ ਦੋਸ਼ਾ ਤੱਥਾਂ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਕੈਕ ਰੋਜਾਨਾ ਆਧਾਰਤੇ ਅਜੇ ਮਾਮਲੇ ਸਾਹਮਣੇ ਆ ਰਹੇ ਹੰਤੇ ਜਿਨ੍ਹਾਂ ਦੇ ਵਿੱਚ ਲੋਕਾਂ ਖੁੱਲੇ ਆਮ ਹਥਿਆਰਾਂ ਦੇ ਨਾਲ ਘੁੰਮ ਰਹੇ ਹੰਤੇ ਦੂਜੇ ਲੋਕਾਂ ਨੂੰ ਨੁਕਸਾਨ ਪਹੁੰਚਾਰੇ ਹਨ 2019 ਦੇ ਵਿੱਚ ਹਾਈ ਕੋਰਟ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਨੂੰ ਹੁਕਮ ਦਿੱਤੇ ਹਨ ਕਿ ਕੋਈ ਵੀ ਵਿਅਕਤੀ ਕਿਸੇ ਵੀ ਮੇਲੇ ਧਾਰਮਿਕ ਸਮਾਗਮ ਵਿਆਹ ਸਮਾਗਮ ਜਾਂ ਕਿਸੇ ਵਿਦੈਕ ਆਧਾਰਿਆਂ ਦੇ ਵਿੱਚ ਹਥਿਆਰ ਲੈ ਕੇ ਨਾ ਜਾਵੇ ਜਿਹੜੇ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਆਈ ਪੀਐਮ ਕਿਸਾਨ ਦੀ ਕੇਸ ਤਤ੍ਰੰਤ ਕਰੋ ਇਹ ਕੰਮ ਦੇਹਾਤੇ ਜਾਰ ਤਰ ਕਿਸਾਨਾਂ ਦੇ ਆਰਥਿਕ ਹਾਲਤ ਚੰਗੇ ਨਹੀਂ ਹੈ ਕਈ ਕਿਸਾਨ ਅਜੇ ਹਨ ਜਿਨ੍ਹਾਂ ਨੂੰ ਫਸਲਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਇਰ ਵਿੱਚ ਕੇਂਦਰ ਸਰਕਾਰ ਕਿਸਾਨਾਂ ਦੇ ਆਰਥਿਕ ਮਦਦ ਲਈ ਕਈ ਯੋਜਨਾਵਾਂ ਚਲਾਉਂਦੀ ਹੈ ਅਜਿਹੀ ਇੱਕ ਯੋਜਨਾ ਦਾ ਨਾਮ ਪੀਐਮ ਕਿਸਾਨ ਸਨਮਾਨ ਦੇ ਯੋਜਨਾ ਤੇ ਇਸਕੀਮਾ ਛੋਟਿਆ ਤੇ ਸੀਮਾਤ ਕਿਸਾਨਾਂ ਦੇ ਲਈ ਬਣਾਈ ਗਈ ਹੈ ਹੁਣ ਤੱਕ ਕਿਸਾਨਾਂ ਨੂੰ 16 ਕਿਸ਼ਤਾਂ ਵਿੱਚ ਪੈਸੇ ਮਿਲ ਚੁੱਕੇ ਹਨ ਦੇਦੇ ਕਰੋੜਾਂ ਕਿਸਾਨ 17ਵੀਂ ਕੈਸਤਾ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਿਆ ਨ ਜੇਕਰ ਤੁਹਾਡਾ ਨਾਮ 17ਵੀਂ ਕੈਸਤਾ ਦੀ ਸੂਚੀ ਵਿੱਚ ਨਹੀਂ ਆਤਾ ਤੁਸੀਂ ਦੁਬਾਰਾ ਅਰਜੀ ਦੇ ਸਕਦੇ ਹੋ ਤੁਹਾਨੂੰ ਦੱਸਦੇ ਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨਯ ਦੇ ਯੋਜਨਾ ਤਹਿਤ ਕਿਸਾਨ ਨੂੰ ਸਾਲਾਨਾ 6000 ਰੁਪਏ ਦਿੱਤੇ ਜਾਂਦੇ ਹਨ ਤੇ ਇਹ ਪੈਸਾ ਕਿਸਾਨ ਨੂੰ ਕੈਸਤਾ ਦੇ ਵਿੱਚ ਦਿੱਤਾ ਜਾਂਦਾ ਹ ਸਾਲ ਪਰ ਵਿੱਚ ਤਿੰਨ ਕੈਸਤਾ ਜਾਰੀ ਕੀਤੀਆਂ ਜਾਂਦੀਆਂ ਜਾਂਦੀਆਂ ਤੇ ਹਰ ਕੈਸਤ ਵਿੱਚ 2000 ਰੁਪਏ ਦਿੱਤੇ ਜਾਂਦੇ ਹਨ ਹਰ 4 ਮਹੀਨੇ ਬਾਅਦ ਇੱਕ ਕੈਸਟਾ ਜਾਰੀ ਕੀਤੇ ਜਾਂਦੇ ਆ ਬੈਂਕ ਖਾਤੇ ਨੂੰ ਆਧਾਰ ਦੇ ਨਾਲ ਲਿੰਕ ਕਰਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨਯਤ ਦੀ ਯੋਜਨਾ ਦਾ ਲਾਭ ਲੈਣ ਦੇ ਲਈ ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਨਾ ਬਹੁਤ ਜ਼ਰੂਰੀ ਹੈ ਤਾਮਿਲਨਾਡੂ ਦੇ ਮੁਦਰੇ ਜ਼ਿਲ੍ਹੇ ਦੇ 288 ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਹਜੇ ਤੱਕ ਆਧਾਰ ਦੇ ਨਾਲ ਲਿੰਕ ਨਹੀਂ ਕੀਤਾ ਗਿਆ। ਕਿਸਾਨਾਂ ਨੂੰ ਇਸ ਵਿੱਚ ਰੁਕਾਵਟਾਂ ਆ ਰਹੀਆਂ ਅਤੇ ਕੁਝ ਕਿਸਾਨ ਦਾ ਕਹਿਣਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਬੈਂਕਾਂ ਖਾਤੇ ਨੂੰ ਆਧਾਰ ਕਾਰਡ ਦੇ ਆਧਾਰ ਦੇ ਨਾਲ ਲਿੰਕ ਕਰਨਾ ਹੈ ਜਾਂ ਨਹੀਂ ਕਿਤਵੜੇ ਵਿਭਾਗ ਦਾ ਮੁਦਰਾਇ ਦੇ ਡੈਪਟੀ ਡਾਇਰੈਕਟਰ ਅਮੁਥਾਨ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ 17ਵੀਂ ਕਿਸ਼ਤਾ ਦਲੇ ਸੂਚੀ ਵਿੱਚ ਨਹੀਂ ਹਨ ਤੇ ਉਹ ਦੁਬਾਰਾ ਅਪਲਾਈ ਕਰ ਸਕਦੇ ਹਨ ਤੇ ਅਦ ਨਾਲ ਹੀ ਕਿਸਾਨਾਂ ਨੂੰ ਈ ਸੇਵਾ ਕੇਂਦਰ ਦੇ ਰਾਹੀਂ ਈ ਕੇਬੈਲ ਸਿ ਕਰਵਾਉਣ ਦੇ ਵੀ ਸਲਾਹ ਦਿੱਤੇ ਗਿਆ ਜੇਕਰ ਆਧਾਰ ਕਾਰਡ ਅਤੇ ਬੈਂਕਾ ਖਾਤੇ ਦੇ ਵਿੱਚ ਜਾਂ ਨਾਂ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਆ ਤਾਂ 17ਵੀਂ ਕਿਸ਼ਤ ਦੇ ਪੈਸੇ ਫਸ ਸਕਦੇ ਹਨ ਮੋੱਖ ਮੰਤਰੀ ਦਫ਼ਤਰ ਅਤੇ ਦਿੱਲੀ ਸਕੱਤਰੇ ਤਾਂ ਨਹੀਂ ਜਾਣਗੇ ਕੇਜਰੀਬਾਲ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਮੋੱਖ ਮੰਤਰੀ ਅਰਬਿੰਦ ਕੇਰਬਾਲ ਨੂੰ ਕਾਜਾਇਸ਼ ਸ਼ਰਤਾਂ ਤੇ ਅੰਤਰਮੈਂ ਜ਼ਮਾਨਤ ਦਿੱਤੀਆ ਸੁਪਰੀਮ ਕੋਰਟ ਨੇ ਮੋੱਖ ਮੰਤਰੀ ਨੂੰ 50000 ਰੁਪਏ ਦਾ ਜ਼ਮਾਨਤੀ ਬਾਂਡ ਭਰਨ ਲਈ ਕਿਹਾ ਤੇ ਹੱਦ ਦੇ ਨਾਲ ਹੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਕੇਰਬਾਲ ਮੋੱਖ ਮੰਤਰੀ ਦਫ਼ਤਰ ਅਤੇ ਦਿੱਲੀ ਸਕੱਤਰੇ ਤਾਂ ਵੇਖੇ ਨਹੀਂ ਜਾ ਸਕਣਗੇ ਤੇ ਨਾ ਹੀ ਕਿਸੇ ਗਵਾਹ ਦੇ ਨਾਲ ਕੋਈ ਸੰਪਰਕ ਕਰਨਗੇ ਤੇ ਹੱਦ ਦੇ ਨਾਲ ਹੀ ਉਹ ਆਪਰਾਏ ਪਾਲ ਦੇ ਆਗਿਆ ਤੋਂ ਬਿਨਾ ਕਿਸੇ ਵੀ ਸਰਕਾਰੀ ਫਾਈਲ ਤੇ ਦਾਖਲਤਾ ਨਹੀਂ ਕਰਨਗੇ ਕੇਰਬਾਲ ਦੀ ਜ਼ਮਾਨਤ ਤੇ ਮੱਖ ਮੰਤਰੀ ਮਾਨ ਨੇ ਕੀਤਾ ਟਵੀਟ ਸੁਪਰੀਮ ਕੋਰਟ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਰੀਬਾਲ ਨੂੰ ਅੰਤਰੀਮ ਜ਼ਮਾਨਤ ਮੈਨ ਤੇ ਮੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਮੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖਿਆ ਸੁਪਰੀਮ ਕੋਰਟ ਦਾ ਧੰਨਵਾਦ ਹੁਣ ਅਸੀਂ ਲੋਕਤਾਂਤਰ ਨੂੰ ਬਚਾਉਣ ਦੀ ਲੜਾਈ ਹੋਰ ਅਸ਼ਦਦ ਦੇ ਨਾਲ ਲੜਾਂਗੇ ਅਰਵਿੰਦ ਕੇਰੀਬਾਲ ਇੱਕ ਕ ਬੈਕਤੇ ਨੇ ਸਗੋਂ ਇੱਕ ਸੂਚਾ ਤੇ ਹੁਣ ਅਸੀਂ ਐਸਾ ਸੋਚ ਨੂੰ ਲੈ ਕੇ ਹੋਰ ਤੇਜ਼ ਜਿੱਦੇ ਨਾਲ ਅੱਗੇ ਵਧਾਂਗੇ ਇਨਕਲਾਬ ਜਿੰਦਾਬਾਦ ਦੱਸਦੇ ਕਿ ਸੁਪਰੀਮ ਕੋਰਟ ਨੇ ਅੱਜ ਅਰਵਿੰਦਾ ਕਿਰਵਾਲ ਨੂੰ ਅੰਤਰਮ ਜਮਾਨਤ ਦੇ ਦਿੱਤੀਆ ਉਹਨਾਂ ਨੂੰ 1 ਜੂਨ ਤੱਕ ਦੇ ਲਈ ਅੰਤਰਮ ਜਮਾਨਤ ਦੇ ਦਿੱਤੇ ਗਿਆ ਜਾਂਚ ਏਜੰਸੀ ED ਨੇ ਅਰਵਿੰਦਾ ਕਿਰਵਾਲ ਦੀ ਜਮਾਨਤ ਅਰਜੀ ਦਾ ਵਿਰੋਧ ਦਾ ਕੀਤਾ ਸਿਆਸਤ ਤੋਂ ਇਲਾਵਾ ਹੁਣ ਸ਼ਰਾਬ ਕਪੜੇ ਦੇ ਵਪਾਰ ਆਮ ਆਦਮੀ ਪਾਰਟੀ ਨੂੰ ਮਲਜ਼ਮ ਬਣਾਉਣ ਦੀ ਤਿਆਰੀ ਹੈ ਅਜੇ ਹਾਂ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਸਿਆਸੀ ਪਾਰਟੀ ਨੂੰ ਕਿਸੇ ਅਪਰਾਧਕ ਕੇਸ ਵਿੱਚ ਮਲਜ਼ਮਾ ਬਣਾਇਆ ਜਾਵੇ ਭਾਰਤ ਦੀਆਂ ਲੋਕ ਸਭਾ ਚੋਣਾਂ ਵਿੱਚ ਦਖਲ ਦੇਣ ਦੇ ਦੋਸ਼ਾਂ ਤੇ ਅਮਰੀਕਾ ਦਾ ਆਇਆ ਜਵਾਬ ਪਾਈ ਚੰਗੀ ਝਾੜ ਅਮਰੀਕਾ ਨੇ 9 ਮਈ ਮੀਰਵਾਰ ਨੂੰ ਰੋਹਦੇ ਉਹਨਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਅਮਰੀਕਾ ਭਾਰਤ ਵਿੱਚ ਹੋ ਰਹੀਆਂ ਚੋਣਾਂ ਵਿੱਚ ਦਖਲ ਅੰਦਾਜ਼ੀ ਕਰਿਆ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਬਿਲਕੁਲ ਨਹੀਂ ਫਸੇ ਨਾ ਤਾਂ ਭਾਰਤ ਵਿੱਚ ਚੱਲ ਰੀਆਂ ਚੋਣਾਂ ਦੇ ਵਿੱਚ ਦਾਖਲ ਦੇ ਰਿਆਂ ਤੇ ਨਾ ਹੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਹੋ ਰੀਆਂ ਚੋਣਾਂ ਵਿੱਚ ਰੂਸੀ ਵਿਦੇਸ਼ ਮੰਤਰਾਲੇ ਦੇ ਬਲਾਰਾ ਮਾਰੀਆ ਜ਼ਖਰੂਵਾ ਨੇ ਮਾਸਕਰੇ ਵਿੱਚ ਕਹਿ ਸੀ ਕਿ ਅਮਰੀਕਾ ਭਾਰਤ ਦੇ ਘਰੇਲੂ ਮਾਮਲਿਆਂ ਤੇ ਚੱਲ ਰੀਆਂ ਚੋਣਾਂ ਦੇ ਵਿੱਚ ਦਾਖਲ ਅੰਦਾਜ਼ੇ ਕਰਿਆ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਵਿੱਚ ਛਪਿਆ ਇੱਕ ਤਾਜ਼ਾ ਲੇਖ ਦੇ ਵਿੱਚ ਦੋਸ਼ ਲੱਗ ਗਿਆ ਸੀ ਕਿ ਖਾਲਸਤਾਨੀ ਵਕਵਾਦੀ ਗੁਰਪਤਵੰਤ ਸੰਘਾ ਪਨੂ ਦੇ ਕਤਲ ਦੀ ਜੋਇਨਾ ਬਣਾਉਣ ਦੇ ਵਿੱਚ ਰਿਸਰਚ ਐਂਡ ਐਨਾਲਿਸਿਸ ਆ ਬੈਂਗ ਦਾ ਇੱਕ ਅਧਿਕਾਰੀ ਸ਼ਾਮਲ ਸੀ ਐਸਾ ਲੇਖ ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਰੀਆ ਜਖਰੂਬਾ ਨੇ ਮਾਸਕੋ ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਅਮਰੀਕਾ ਨਵੀਂ ਦਿੱਲੀ ਤੇ ਨਿਯਮਤ ਤੌਰ ਤੇ ਬੇਬੁਨਿਆਦ ਦਾ ਦੋਸ਼ ਲਾਉਂਦਾ ਅਸੀਂ ਦੇਖਦੇ ਹਾਂ ਕਿ ਉਹ ਨਾ ਸਿਰਫ ਭਾਰਤ ਨੂੰ ਸਗੋਂ ਕਈ ਹੋਰ ਦੇਸ਼ਾਂ ਨੂੰ ਬੇਧਾਰਮਿਕ ਆਜ਼ਾਦੀ ਦੇ ਉਲੰਘਣਾ ਦਾ ਨਿਸ਼ਾਨਾ ਬਣਾ ਰਹੇ ਹਨ ਸੰਵਿਧਾਨ ਦੀ ਉਲੰਘਣਾ ਕਰਨ ਦੇ ਵੇ ਬੁਨਿਆਦ ਦਾ ਦੋਸ਼ ਲਗਾਉਂਦਿਆਂ ਨਾ ਜੋ ਇਹ ਦਰਸਾਉਂਦਾ ਹੈ ਕਿ ਅਮਰੀਕਾ ਭਾਰਤ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਨਹੀਂ ਸਮਝਦਾ ਭਾਰਤ ਦੇ ਵਿਕਾਸ ਦੇ ਇਤਿਹਾਸਕ ਸਾਧਰਬ ਨੂੰ ਨਹੀਂ ਸਮਝਦਾ ਤੇ ਇੱਕ ਦੇਸ਼ ਵਜੋਂ ਭਾਰਤ ਦਾ ਸਨਮਾਨ ਨਹੀਂ ਕਰਦਾ ਅਗਲੀ ਖਬਰ ਹੁਣ ਆਪਣੀ ਮਰਜ਼ੀ ਦੇ ਨਾਲ ਫੁੱਲ ਨਹੀਂ ਕਰਵਾ ਸਕਦੇ ਟੈਂਕੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਪਰਭਾਉਂਦੇ ਲਹਿਮਾ ਟਾਕੀ ਤੇ ਤੈ ਅਕਸਰ ਦੇਖਿਆ ਜਾਂਦਾ ਹੈ ਕਿ ਕਮਣਾ ਪਰੰਦੇ ਸ਼ੋਕੀਨ ਲੋਕਾਂ ਕਾ ਆਪਣੀਆਂ ਕਾਰਾਂ ਤੇ ਬਾਈਕ ਦੇ ਟੈਂਕੀ ਫੁੱਲ ਕਰਵਾ ਕੇ ਰੱਖਦੇ ਹਨ ਪਰ ਇਸ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਕੇ ਹੁਣ ਤੁਸੀਂ ਆਪਣੀ ਮਨਮਰਜ਼ੀ ਦੇ ਨਾਲ ਅਜਿਆ ਨਹੀਂ ਕਰ ਸਕਦੇ ਦਰਸਤਲਾ ਤ੍ਰਿਪੁਰਾ ਸਰਕਾਰ ਨੇ ਵੱਡਾ ਫੈਸਲਾ ਲੈਂਦਿਆ ਕਾਰ ਅਤੇ ਬਾਈਕ ਚਲਾਉਣ ਵਾਲਿਆਂ ਦੇ ਲਈ ਪੈਟਰੋਲ ਅਤੇ ਡੀਜ਼ਲ ਰੱਖਣ ਦੇ ਲਿਮਟ ਨਿਰਧਾਰਤ ਕਰ ਦਿੱਤੇ ਆ ਦੇ ਮੱਦੇ ਨਜ਼ਰ ਹੁਣ ਲਿਮਟਾ ਮੁਤਾਬਕ ਪੈਟਰੋਲ ਅਤੇ ਡੀਜ਼ਲ ਮਿਲੇਗਾ ਤ੍ਰਿਪੁਰਾ ਸਰਕਾਰ ਦੇ ਵੱਲੋਂ ਇਹ ਨਜ਼ਮਾ 1 ਮਈ ਤੋਂ ਲਾਗੂ ਕਰ ਦਿੱਤੇ ਗਿਆ ਨਾ ਇਸ ਸਬੰਦੇ ਸੁਭਾ ਸਰਕਾਰ ਦਾ ਕਹਿਣਾ ਕਿ ਦੁਪਈਆ ਬਹਨ ਵਿੱਚ ਪ੍ਰਤੀ ਦਿਨ ਸਿਰਫ 200 ਰੁਪਏ ਦਾ ਤੇਲ ਪ੍ਰੋਵਾਇਡ ਜਾ ਸਕਦਾ ਜਦ ਕਿ 4 ਪਈਆ ਬਹਣਾ ਦੇ ਲਈ ਇਹ ਲਿਮਟਾ 500 ਰੁਪਏ ਤੱਕ ਰੱਖ ਦਿੱਤੀ ਗਿਆ ਸੁਭਾ ਸਰਕਾਰ ਦੇ ਵੱਲੋਂ ਸੁੱਭੇ ਦੇ ਅੰਦਰ ਮਾਲ ਗੱਡੀਆਂ ਦੇ ਆਉਣ ਦੇ ਵਿੱਚ ਆ ਰਹੀ ਦਿੱਕਤ ਅਤੇ ਤੇਲ ਦੇ ਭੰਡਾਰ ਖਾਲੀ ਹੁੰਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਹੈ ਸਾਵਧਾਨ ਭਾਰਤ ਵਿੱਚ ਆ ਮੜ ਤੇਜ਼ੀਦ ਨਾਲ ਫੈਲ ਰਿਹਾ ਸਬਾਇਨ ਫਲੂ ਜਾਣੂ ਲੱਛਣ ਤੇ ਕਾਰਨ ਅਸਾਮ ਦੇ ਉੱਤਰ ਪੂਰਬੀ ਰਾਜ ਦੇ ਹਲਾਕਾਂਡੀ ਜ਼ਿਲ੍ਹੇ ਦੇ ਵਿੱਚ 15 ਮਹੀਨਾ ਦੇ ਵਿੱਚ ਫਰਹਾਨਾ ਖਾਨਮਾ ਸਬਾਇਨ ਫਲੂ ਦੇ ਨਾਲ ਸੰਕਰਮਿਤ ਹੋ ਗਿਆ ਤੇ ਉਹਦੀ ਮੌਤ ਹੋ ਗਿਆ ਅਸਾਮ ਦੇ ਬਰਾਕ ਘਾਟੇ ਦੇ ਵਿੱਚ ਸਬਾਇਨ ਫਲੂ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਤੇ ਇਸ ਸਬੰਧਿਤ ਸੂਬੇ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਪੱਛਮੀ ਰਾਜਾਂ ਦੇ ਵਿੱਚ ਰਾਜਸਥਾਨ ਦਾ ਵੀ ਇਹੋ ਹਾਲ ਹੈ ਜਿਵੇਂ ਸਾ ਤੇਜ਼ੀ ਦੇ ਨਾਲ ਇੱਥੇ ਗਰਮੀ ਵਧ ਰਹੀ ਆ ਸਬਾਇਨ ਫਲੂ ਦੇ ਕੇਸ ਵੀ ਉਸੇ ਰਫ਼ਤਾਰ ਦੇ ਨਾਲ ਵਧ ਰਹੇ ਹਨ ਤੇ ਬਾਧੇ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ਭਰ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ 2009 ਦੇ ਵਿੱਚ ਸਬਾਇਨ ਫਲੂ ਪਹਿਲੀ ਵਾਰ ਮਨੁੱਖਾਂ ਵਿੱਚ ਪਾਇਆ ਗਿਆ ਤੇ ਦੁਨੀਆ ਭਰ ਦੇਆਂ ਅਖਬਾਰਾਂ ਦੇ ਸੁਰਖੀਆਂ ਬਣਿਆ ਦਰਅਸਲ ਇਹ ਤੇਜ਼ੀ ਦੇ ਨਾਲ ਫੈਲਿਆ ਕਿ ਵਿਸ਼ਵ ਸਿਹਤ ਸੰਗਠਨਾ WHO ਨੇ ਇਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਫਿਰ ਇਸ ਨੇ ਪੂਰੀ ਦੁਨੀਆ ਭਰ ਦੇ ਵਿੱਚ ਤਬਾਹੀ ਮਚਾਈ